ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਮੈਂ ਹਾਂ ਸਰਵਣ ਸਿੰਘ ਕੁਮਾਨ। ਪਿਛਲੇ ਦਿਨੀ ਬਟਾਲਾ ਪੁਲਿਸ ਵੱਲੋਂ ਕਾਸ਼ੋ ਸਰਚ ਅਭਿਆਨ ਦੇ ਤਹਿਤ ਇੱਕ ਸਰਚ ਅਭਿਆਨ ਕੀਤਾ ਗਿਆ ਸੀ ਗਾਂਧੀ ਕੈਂਪ ਵਿੱਚ, ਜਿੱਥੇ ਪੁਲਿਸ ਨੂੰ ਕੁਝ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਸਾਡੇ ਨਾਲ ਨੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਕੀ ਸਮਝਦੇ ਹੋ ਕਿ ਜਿਸ ਤਰੀਕੇ ਨਾਲ ਪੁਲਿਸ ਦੇ ਵਿਰੋਧ ਕੀਤਾ ਗਿਆ? ਦੇਖੋ, ਜਿਹੜਾ ਪੁਲਿਸ ਦਾ ਵਿਰੋਧ ਹੈ ਇਹ ਹੋਣਾ ਨਹੀਂ ਚਾਹੀਦਾ। ਜੇ ਪੁਲਿਸ ਸਾਡੇ ਬੱਚਿਆਂ ਨੂੰ ਬਚਾਉਣਾ ਚਾਹੁੰਦੀ ਹੈ, ਜਿਹੜਾ ਨਸ਼ਿਆਂ ਦਾ ਲੋਕਾਂ ਦੇ ਘਰ ਘਰ ਚੁੱਕੇ ਨੇ ਨਸ਼ੇ, ਉਹਨਾਂ 'ਚੋਂ ਬਚਾਉਣਾ ਚਾਹੁੰਦੀ ਹੈ, ਤਾਂ ਸਾਨੂੰ ਵੀ ਚਾਹੀਦਾ ਕਿ ਪੁਲਿਸ ਦਾ ਸਾਥ ਦਈਏ। ਇਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਨੇ ਅੱਗੇ ਆਣ ਕੇ ਰੁਕਾਵਟ ਬਣਨ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਕਿ ਗਲਤ ਗੱਲ ਨਹੀਂ ਹੋਣਾ ਚਾਹੀਦਾ। ਇੱਦਾਂ ਜਿਨ੍ਹਾਂ ਨੇ ਵਿਰੋਧ ਕੀਤਾ ਕਿ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ? ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਤਾਂ ਮਾਨਯੋਗ ਐਮ ਐਲ ਏ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਪੁਲਿਸ ਵਾਲਿਆਂ ਨੂੰ ਇਹੋ ਜਿਹੀ ਪਾਵਰ ਦਿੱਤੀ ਜਾਵੇ, ਔਰ ਜਿਨ੍ਹਾਂ ਨੇ ਰੁਕਾਵਟ ਬਣੇ ਨੇ ਉਹਨਾਂ 'ਤੇ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਬਣਦੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ, ਤਾਂ ਕਿ ਲੋਕਾਂ ਨੂੰ ਵੀ ਇਸ ਗੱਲ ਦਾ ਡਰ ਹੋਵੇ ਕਿ ਜੇ ਅਸੀਂ ਕਿਸੇ ਵੀ ਸਰਕਾਰੀ ਕੰਮ 'ਚ ਰੁਕਾਵਟ ਬਣਾਂਗੇ ਤਾਂ ਸਾਡੇ 'ਤੇ ਵੀ ਐਕਸ਼ਨ ਹੋ ਸਕਦਾ। ਕੀ ਕਾਰਨ ਤੁਹਾਨੂੰ ਲੱਗਦਾ ਕਿ ਰੋਕਣ ਦਾ ਪੁਲਿਸ ਨੂੰ? ਵੇਖੋ, ਪੁਲਿਸ ਨੂੰ ਰੋਕਣ ਵਾਸਤੇ ਇਹ ਜਿਹੜੇ ਲੋਕ ਨੇ 75-70 ਸਾਲਾਂ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋ ਰਿਹਾ, ਇਹਦਾ ਮਤਲਬ ਕਿ ਇਹਨਾਂ ਦੀ ਵੀ ਇਨਵੋਲਵਮੈਂਟ ਹੈਗੀ ਹੈ। ਜੇ ਅਸੀਂ ਚੋਰ ਨਹੀਂ ਸਾਨੂੰ ਡਰ ਕਾਹਦਾ? ਜੇ ਚੋਰ ਸੀ ਨਾ ਤਾਂ ਹੀ ਰਿਕਾਰਡ ਬਣੇ ਨਾ। ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਉਹਨਾਂ ਦਾ ਆਪਰੇਸ਼ਨ ਸੀ ਉਹ ਫੇਲ ਹੋ ਜਾਵੇ, ਲੇਕਿਨ ਮੈਂ ਸਲਿਊਟ ਕਰਦਾ ਮਾਨਯੋਗ ਜਿਹੜੇ ਸਾਡੇ SHO ਸਾਹਿਬ ਨੇ ਜਿਨ੍ਹਾਂ ਨੇ ਪੂਰੀ ਦਲੇਰੀ ਵਿਖਾਈ ਹੈ। ਜੇ ਉਹ ਮੌਕੇ 'ਤੇ ਦਲੇਰੀ ਨਾ ਵਿਖਾਉਂਦੇ ਤਾਂ ਕੋਈ ਨਾ ਕੋਈ ਵੱਡਾ ਕਾਂਡ ਹੋ ਜਾਣਾ ਸੀ, ਇਹਨਾਂ ਨੇ ਪੁਲਿਸ ਵਾਲੇ ਦੇ ਹੱਥੀ ਪੈਣਾ ਸੀ। ਮੈਂ ਇਸ ਗੱਲ ਵਾਸਤੇ ਮਾਨਯੋਗ MLA ਸਾਨੂੰ ਬੇਨਤੀ ਕਰਾਂਗਾ ਕਿ ਜਿਹੜੇ ਇਹੋ ਜਿਹੇ ਅਫਸਰ ਨੇ ਇਹਨਾਂ ਦੀ ਪੰਜਾਬ ਲੈਵਲ 'ਤੇ ਹੌਸਲਾ ਅਫਜਾਈ ਹੋਣੀ ਚਾਹੀਦੀ ਹੈ, ਇਹਨਾਂ ਨੂੰ ਕੋਈ ਨਾ ਕੋਈ ਸਨਮਾਨ ਜ਼ਰੂਰ ਮਿਲਣਾ ਚਾਹੀਦਾ। ਆਮ ਆਦਮੀ ਪਾਰਟੀ ਦੇ ਹੋਰ ਲੀਡਰ ਸਾਡੇ ਨਾਲ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿਸ ਤਰ੍ਹਾਂ ਪਿਛਲੇ ਦਿਨੀ ਜਿਹੜੀ ਆ ਘਟਨਾ ਪੁਲਿਸ ਦੇ ਨਾਲ ਜਿਹੜੀ ਆ ਝੜਪ ਜਿਹੜੀ ਵੇਖਣ ਨੂੰ ਮਿਲੀ ਆ, ਉਹਦੇ ਬਾਰੇ ਕੀ ਕਹਿਣਾ? ਕੋਈ ਜਿਹੜਾ ਆਰੋਪ ਲੱਗਦਾ, ਮੈਂ ਮੈਨੇਜਰ ਆਤਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ, ਆਮ ਆਦਮੀ ਪਾਰਟੀ ਗੁਰਦਾਸਪੁਰ। ਜੋ ਵੀ ਸ਼ਹਿਰ 'ਚ ਘਟਨਾ ਵਾਪਰੀ ਆ ਬੜੀ ਮੰਦਭਾਗੀ, ਕਿਉਂਕਿ ਇਹ ਵੀਡੀਓ ਵਾਇਰਲ ਹੋਈ ਆ, ਸਾਰੇ ਸ਼ਹਿਰ ਸਾਰੇ ਜ਼ਿਲ੍ਹੇ ਨੇ ਸਾਰੇ ਪੰਜਾਬ ਨੇ ਇਹ ਵੀਡੀਓ ਵੇਖੀ ਆ। ਔਰ ਤੁਸੀਂ ਦੇਖੋ, ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਜੀ ਪੁਲਿਸ ਨਸ਼ੇ ਜਿਹੜੇ ਕੰਟਰੋਲ ਨਹੀਂ ਕਰ ਰਹੀ, ਨਸ਼ੇ ਕੰਟਰੋਲ ਨਹੀਂ ਕਰ ਰਹੀ, ਪੁਲਿਸ ਨੂੰ ਖੜੀ ਹੋਈ ਹੈ। ਜੇਕਰ ਹੁਣ ਪੁਲਿਸ ਕੰਮ ਕਰਨ ਲਈ ਆਪਣੀ ਡਿਊਟੀ ਕਰਦੀ ਹੈ ਤਾਂ ਤੁਸੀਂ ਪੁਲਿਸ ਨੂੰ ਰੋਕੋਗੇ ਤਾਂ ਪੰਜਾਬ 'ਚ ਨਸ਼ੇ ਕਿੱਦਾਂ ਕੰਟਰੋਲ ਹੋਣਗੇ? ਇੱਕ ਪਾਸੇ, ਦੂਜੇ ਪਾਸੇ ਇੱਥੋਂ ਦਾ ਜਿਹੜਾ MC ਹੈ ਕਾਂਗਰਸ ਦਾ, ਉਹ ਵੀਡੀਓ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਪੁਲਿਸ ਦੇ ਗੱਲ ਪੈਣ ਡਿਆ। ਇੱਥੋਂ ਤੱਕ ਵੀ ਉਹਨੇ ਮੋਬਲਾਈਜ਼ ਲੋਕਾਂ ਨੂੰ ਕੀਤਾ ਕਿ ਪੁਲਿਸ ਦੀਆਂ ਪੱਗਾਂ ਤੱਕ ਲਾਉਣ ਤੱਕ ਉਹ ਗਏ ਨੇ। ਵੱਖਰੀ ਗੱਲ ਆ, ਅਖੀਰ 'ਤੇ SHO ਨੇ, ਮੈਂ ਸਮਝਦਾ ਕਿ ਬੜੀ ਸਮਝਦਾਰੀ ਨਾਲ, ਬੜੀ ਦਲੇਰੀ ਨਾਲ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਤੁਸੀਂ ਸਾਡੇ ਕੰਮ ਦੇ ਵਿੱਚ ਵਿਘਨ ਨਾ ਪਾਓ, ਸਾਨੂੰ ਆਪਣੀ ਡਿਊਟੀ ਕਰਨ ਦਿਓ। ਜੇ ਪੰਜਾਬ ਦੇ ਲੋਕ ਇਹਨਾਂ ਦਾ ਸਾਥ ਨਹੀਂ ਦੇਣਗੇ, ਅੱਜ ਭਗਵੰਤ ਮਾਨ ਸਰਕਾਰ ਨੇ ਇੱਕ ਪੂਰਾ ਸਿਸਟਮ ਤਿਆਰ ਕੀਤਾ ਪੰਜਾਬ ਦੇ ਅੰਦਰ ਕਿ ਨਸ਼ਿਆਂ ਨੂੰ ਕਿਸ ਤਰ੍ਹਾਂ ਠੱਲ ਪਾਉਣੀ ਆ, ਕਿਉਂਕਿ ਜਿਹੜੀ ਘਰ ਘਰ ਅੱਗ ਬਲ ਰਹੀ ਆ, ਅੱਜ ਸਾਡੇ ਘਰ ਬਲਦੀ, ਕੱਲ੍ਹ ਕਿਸੇ ਦੇ ਘਰ ਵੀ ਬਲ ਸਕਦੀ, ਇਹ ਸਾਨੂੰ ਸੋਚ ਕੇ ਚੱਲਣਾ ਚਾਹੀਦਾ। ਔਰ ਮੋਰਓਵਰ, ਇਹ ਜਿਹੜੇ MC ਨੇ ਇਹਨਾਂ ਦੇ ਮਗਰ ਕੋਈ ਨਾ ਕੋਈ ਤਾਕਤ 'ਤੇ ਜ਼ਰੂਰ ਕੰਮ ਕਰ ਰਹੀ ਹੈ, ਜਿਹੜੀ ਮਤਲਬ ਇਹਨਾਂ ਨੂੰ ਇੰਸਟੀਗੇਟ ਕਰ ਰਹੀ ਹੈ ਕਿ ਤੁਸੀਂ ਇਹਨਾਂ ਨੂੰ ਰੋਕੋ, ਕਿਉਂਕਿ ਚੰਗੇ ਕੰਮ ਕੋਈ ਬੰਦਾ ਕੰਮ ਕਰਦਾ ਸਮਾਜ ਦੇ ਅੰਦਰੋਂ, ਚੰਗਾ ਕੰਮ ਨਹੀਂ ਲੋਕ ਕਰਨ ਦਿੰਦੇ। ਅੱਜ ਸਾਡੇ MLA ਸਾਹਿਬ ਨੂੰ ਬਦਨਾਮ ਕਰ ਰਹੇ ਨੇ, ਵੇਖੋ ਜੀ ਉਹ ਨਸ਼ੇ ਵੇਚਦੇ, ਨਸ਼ੇ ਵਿਕਾਉਂਦੇ ਨੇ, ਉਹ ਇਮਾਨਦਾਰ ਨਹੀਂ, ਉਹ ਕਰਪਟ ਨੇ। ਮੈਂ ਕਹਿੰਦਾ ਕਿ 17 ਸਾਲਾਂ ਵਿੱਚ ਮੈਂ ਦਾਅਵੇ ਨਾਲ ਕਹਿੰਦਾ
ਇਹੋ ਜਿਹਾ ਐਮਐਲਏ ਅੱਜ ਤੱਕ ਕਿਸੇ ਨੂੰ ਨਾ ਮਿਲਿਆ ਵਾ ਅਤੇ ਨਾ ਮਿਲਣਾ ਵਾ। ਅੱਜ ਬਟਾਲੇ ਦੇ ਲੋਕ ਸਾਰੇ ਖੁਸ਼ ਨੇ, ਸਾਨੂੰ ਕਹਿੰਦੇ ਜੀ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਈਆਂ। ਅਸੀਂ ਤਾਂ ਕੰਮਾਂ ਦੇ ਆਧਾਰ 'ਤੇ ਤੁਹਾਡੇ ਕੋਲ ਵੋਟ ਲੈਣੀ ਆ। ਤੁਸੀਂ ਸ਼ਹਿਰ ਦੇ ਵਿੱਚ ਵੇਖ ਲਓ, ਸਾਰੇ ਰੋਡ ਚੌੜੇ ਕਰਤੇ, ਚੌਂਕ ਚੌੜੇ ਕਰਤੇ, ਬਾਹਰ ਗੇਟ ਬਣਾ ਦਿੱਤੇ ਨੇ, ਤਹਿਸੀਲ ਕੰਪਲੈਕਸ ਬਣਾ ਦਿੱਤਾ, ਸਾਰੇ ਪਾਰਕ ਬਣਾ ਦਿੱਤੇ ਨੇ, ਝੂਟੇ ਲਾ ਦਿੱਤੇ ਨੇ। ਹਾਂਜੀ, ਅਤੇ ਬਾਕੀ ਜਿਹੜੇ ਜਿਹੜੇ ਕੰਮ ਅਸੀਂ ਕਰੀ ਜਾ ਰਹੇ ਹਾਂ, ਅਸੀਂ ਨਵੇਂ ਹਾਂ, ਪਬਲਿਕ ਸਾਨੂੰ ਦੱਸੇ ਕਿ ਆਹ ਕੰਮ ਕਰਨ ਵਾਲੇ ਆ। ਲੇਕਿਨ ਜਿੱਥੋਂ ਤੱਕ ਇਹਨੇ ਮਾੜੇ ਅਨਸਰਾਂ ਦੀ ਗੱਲ ਹੈ, ਇਹਨਾਂ ਨੂੰ ਕੰਟਰੋਲ ਕਰਨਾ ਪਏਗਾ। ਮੈਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਵੀ ਇਹ ਗੱਲ ਅੱਜ ਇਸ ਚੈਨਲ ਦੇ ਮਾਧਿਅਮ ਰਾਹੀਂ ਕਹਾਂਗਾ ਕਿ ਜਿੱਥੇ ਜਿੱਥੇ ਪੁਲਿਸ ਜਾਂਦੀ ਹੈ ਉਹਨਾਂ ਦਾ ਸਾਥ ਦਿਓ, ਜਿਹੜੇ ਜਿਹੜੇ ਇਲਾਕੇ 'ਚ ਪੁਲਿਸ ਜਾਂਦੀ, ਲੋਕਾਂ ਨੂੰ ਵੀ ਕਹਾਂਗਾ, ਪਬਲਿਕ ਨੂੰ ਕਹਾਂਗਾ ਕਿ ਉਹਨਾਂ ਸਾਥ ਦਿਓ, ਕਿਉਂਕਿ ਅੱਜ ਸਾਡੇ ਬੱਚਿਆਂ ਦਾ ਫਿਊਚਰ ਦਾ ਸਵਾਲ ਹੈ। ਸਾਡੇ ਬੱਚੇ ਹੱਥਾਂ ਤੋਂ ਨਿਕਲਦੇ ਜਾ ਰਹੇ ਨੇ। ਪੰਜਾਬ ਦੇ ਅੰਦਰ ਤੁਸੀਂ ਦੇਖੋ ਕਿ ਬਾਹਾਂ 'ਚ ਟੀਕੇ ਲੱਗੇ, ਬੱਚੇ ਰੂੜੀਆਂ 'ਤੇ ਪਏ, ਅਸੀਂ ਖੁਦ ਦੇਖੇ ਨੇ। ਇਹ ਜੇ ਹਾਲਾਤ ਪੰਜਾਬ ਦੇ ਰਹੇ, ਬੱਚੇ MBA ਕਰਕੇ, ਡਿਗਰੀਆਂ ਕਰਕੇ, ਵੱਡੀਆਂ ਵੱਡੀਆਂ ਅੱਜ 5-5 ਹਜ਼ਾਰ ਦੀ ਨੌਕਰੀ ਤੋਂ ਮਹਤਾਜ ਨੇ, ਪਰ ਫਿਰ ਵੀ ਸਾਡੀ ਸਰਕਾਰ ਨੇ ਆਉਂਦਿਆਂ ਸਾਲ 50,000 ਨੌਕਰੀਆਂ ਬੱਚਿਆਂ ਨੂੰ ਦਿੱਤੀਆਂ ਨੇ। ਇਹ ਸਾਥ ਤੁਹਾਡੇ ਲੋਕਾਂ ਨੂੰ ਦੇਣਾ ਪਏਗਾ। ਅੱਜ ਨਸ਼ਿਆਂ ਨੂੰ ਕੰਟਰੋਲ ਕਰਨਾ, ਪੁਲਿਸ ਦਾ ਸਾਥ ਦਿਓ, ਤਾਂ ਹੀ ਨਸ਼ੇ ਕੰਟਰੋਲ ਹੋ ਸਕਦੇ। ਜੇਕਰ ਅਸੀਂ ਪੁਲਿਸ ਦੀਆਂ ਪੱਗਾਂ ਲਾਵਾਂਗੇ, ਉਹਨਾਂ ਹੱਥੀ ਪਾਵਾਂਗੇ, ਤਾਂ ਪੰਜਾਬ 'ਚ ਨਸ਼ੇ ਕੌਣ ਕੰਟਰੋਲ ਕਰੇਗਾ? ਪਹਿਲੀ ਗੱਲ ਇਹ ਵੈ ਕਿ ਮੈਂ ਉਸ ਦਿਨ ਵੀ ਦੱਸਿਆ ਸੀ ਕਿ ਜਿੰਨਾ ਘਰ ਮੈਂ ਗਿਆ ਹਾਂ ਪਿੱਛੇ, ਵਿਕਰਮ ਅਤੇ ਰੱਗੋ ਪ੍ਰੈਸ ਵਾਲੇ, ਠੀਕ ਹੈ ਨਾ, ਉਹਦੇ ਘਰ ਦੀ ਸਰਕਾਰੀ ਜੋਬ ਕਰਦੀ ਹੈ, ਜਿਹੜੇ ਸਰਕਾਰੀ ਜੋਬ ਕਰਦੇ ਉਹ ਕਰ ਸਕਦੇ। ਇਹ ਦਬਾ ਜਾਣ ਬੁੱਝ ਕੇ ਸ਼ਰਾਰਤੀ ਅਨਸਰ ਨੇ ਜਿਹੜੇ ਆਮ ਆਦਮੀ ਵਾਲੇ, ਇਹ ਜਾਣ ਬੁੱਝ ਕੇ ਗਲਤ ਯਾਨੀ ਕਿ ਬਾਰ ਬਾਰ ਬਾਈਟ ਦੇ ਰਹੇ ਨੇ। ਉਹਨਾਂ ਨੂੰ ਕਹੋ ਕਿ ਤੁਸੀਂ ਉੱਥੇ ਬੈਠ ਕੇ ਬਾਈਟਾਂ ਦੇ ਰਹੇ ਨੋ, ਉਹ ਭਾਅ ਜੀ ਉੱਥੇ ਆਣ ਕੇ ਉਹਨਾਂ ਦੇ ਘਰ 'ਤੇ ਵੇਖੋ, ਆਣ ਕੇ ਉਹਨਾਂ ਦੇ ਘਰ ਉਹਦੇ ਲਾਗੂ ਸਹੂਲ ਹੋ, ਉਹਨਾਂ ਦੇ ਜਿਹੜੇ ਵੀ ਇੱਥੇ ਵਲੰਟੀਅਰ ਹੈਗੇ ਨੇ ਆਪਣੇ ਗਾਂਧੀ ਕੈਂਪ ਦੇ ਵਿੱਚ, ਉਹਨਾਂ ਨੂੰ ਪੁੱਛੋ ਕਿ ਉਹ ਜਿਹੜੇ ਨਸ਼ੇ ਵਾਲੇ ਹੈਗੇ ਨੇ, ਉਹਨਾਂ ਦੇ ਘਰ ਜੇ ਜਾ ਕੇ ਪਤਾ ਕਰੋ, ਉਹਨਾਂ ਦੇ ਘਰ ਜਾ ਕੇ ਪਤਾ ਕਰ ਲੈਣੇ ਇੱਕ ਵਾਰੀ ਕਿ ਉਹਨਾਂ ਨੂੰ ਕਿਉਂ ਬਦਨਾਮ ਕਰਦੇ ਪਿਓ। ਭਾਜੀ ਰਿਐਲਿਟੀ ਮੰਨਿਓ, ਉਹਨਾਂ ਦੀ ਮਾਤਾ ਮੇਰੇ ਆਣ ਕੇ ਉਹਨਾਂ ਦੀ ਨੂੰਹ ਕੱਲ੍ਹ ਰੋ ਪਈ ਮੇਰੇ ਅੱਗੇ, ਮੇਰੇ ਕੋਲ ਮੋਹਰ ਲਵਾਉਣ ਆਏ ਸੀ ਉਹਨਾਂ ਦੇ, ਕੋਈ ਬੇਟੀ ਦਾ ਕੋਈ ਹੈਗਾ ਸੀ ਕੋਈ ਸਰਟੀਫਿਕੇਟ, ਅਤੇ ਰੋਜ਼ ਪਈ ਹੈ ਮੇਰੇ ਅੱਗੇ। ਕਹਿੰਦੇ ਸਭ ਤੋਂ ਭਲਾ ਮਨਸ ਪਰਿਵਾਰ ਅਸੀਂ ਹਾਂ, ਯਾਨੀ ਕਿ ਗਾਂਧੀ ਕੈਂਪ ਦੇ ਵਿੱਚ ਇੱਕ ਭਲੇ ਮਨਸ ਪਰਿਵਾਰ ਨੇ ਉਹ, ਠੀਕ ਹੈ। ਅਤੇ ਕਹਿੰਦੇ ਕਿ ਜੇ ਸਾਡੇ ਨਾਲ ਉਂ ਕਰਦੇ ਪਏ ਨੇ ਤਾਂ ਜੇ ਮਾੜੇ ਬੰਦੇ ਨਾਲ ਕੀ ਹੋਏਗਾ? ਇੱਕ ਚੰਗੇ ਬੰਦੇ ਨਾਲ ਵਾਰ ਵਾਰ ਨਜਾਇਜ਼ਾ ਕਰ ਰਹੇ ਨੇ, ਵਾਰ ਵਾਰ ਨਜਾਇਜ਼ ਕਰ ਰਹੇ ਨੇ। ਸੋ ਆਮ ਆਦਮੀ ਪਾਰਟੀ ਜਿਹੜੀ ਆ ਨਸ਼ਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਸਖਤ ਨਜ਼ਰ ਆ ਰਹੀ ਆ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।